ਤੋ ਤੁਹਾਡਾ ਸਾਰਾ ਸਵਾਗਤ ਹੈ ਆਪਣੇ YouTube ਚੈਨਲ HK ਅਭਿਦੇ ਉਤੇ ਤਾਂ ਅੱਜ ਆਪਾਂ ਤੁਹਾਡੇ ਲਈ ਦਸਵੇਂ ਜਮਾਤ ਦਾ ਜੋ ਕੰਪਿਊਟਰ ਸਾਇੰਸ ਵਿਸ਼ਾ ਜੋ ਪੇਪਰ ਹੋਣਾ ਸੈਪਟੰਬਰ ਐਗਜ਼ਾਮ 2024 ਪੱਚੀ ਦਾ ਉਹ ਲੈ ਕੇ ਆ ਚੁੱਕੇ ਹਾਂ ਬਿਲਕੁਲ ਫੁੱਲ ਸੋਲਵ ਜੇਕਰ ਤੁਸੀਂ ਆਪਣੇ YouTube ਚੈਨਲ ਤੇ ਨਵੇਂ ਹੋ ਤਾਂ ਪਰਚੇ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਹੋ ਸਕੇ ਤਾਂ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਦੇਣਾ ਤੇ ਚਲੋ ਆਪਾਂ ਪੇਪਰ ਵੱਲ ਵਧਦੇ ਹਾਂ ਨਿਕਲਪੀ ਪ੍ਰਸ਼ਨ ਖਾਲੀਥਮ ਸਹੀ ਉੱਤਰ ਦੀ ਚੋਣ ਕਰੋ ਤੋਂ ਪੂਰੇ ਨਾ ਪਹਿਲਾ ਹੈਗਾ ਹੇਠ ਲਿਖੇ ਵਿੱਚੋਂ ਕਿਹੜਾ ਆਫਿਸ ਟੂਲ ਦੀ ਉਦਾਹਰਣ ਹੈ ਇਹਨਾਂ ਸਾਰੇ ਜੁਸਸ ਉਪਰੋਕਤ ਸਾਰੇ ਮਤਲਬ MS ਬਰਡ ਵੀ Google ਸਪ੍ਰੈਡਸ਼ੀਟ ਵੀ ਤੇ MS ਪਾਵਰਪੁਆਇੰਟ ਵੀ ਇਹ ਤਿੰਨੇ ਉਦਾਹਰਣ ਹਨ ਆਫਿਸ ਟੂਲ ਦੇ ਇਸਕਾ ਸਹੀ ਆਪਸ਼ਨ ਬਿਲਕੁਲ ਸਹੀ ਹੈ ਉਪਰੋਕਤ ਸਾਰੇ ਅਗਿਆ ਅਗਿਆ ਦੂਸਰਾ ਹੇਠ ਲਿਖਿਆਂ ਵਿੱਚੋਂ ਕਿਹੜਾ ਵਰਡ ਪ੍ਰੋਸੈਸਰ ਦੀ ਉਦਾਹਰਣ ਹੈ ਇਹਨਾਂ ਸਾਰੇ ਜੁਆ ਊੜਾ Google Docs ਅਗਿਆ ਤੀਸਰਾ ਹੇਠ ਲਿਖਿਆਂ ਵਿੱਚੋਂ ਕਿਹੜਾ Google ਦੇ ਆਨਲਾਈਨ ਆਫਿਸ ਟੂਲ ਦੀ ਉਦਾਹਰਣ ਨਹੀਂ ਹੈ ਇਹਨਾਂ ਸਾਰੇ ਜੁ EDI Open Office Writer ਅਗੇ ਚੌਥਾ ਕਿਹੜੇ ਸੌਫਟਵੇਅਰ ਕੰਪਿਊਟਰ ਨੂੰ ਆਪਰੇਟ ਕਰਨ ਕੰਟਰੋਲ ਕਰਨ ਅਤੇ ਪ੍ਰੋਸੈਸਿੰਗ ਸਮਰੱਥਾ ਨੂੰ ਵਧਾਉਣ ਲਈ ਦੀਜਾਇਨ ਕੀਤੇ ਗਏ ਹਨ ਇਹਨਾਂ ਸਜੂਆ ਆੜਾ ਸਿਸਟਮ ਸੌਫਟਵੇਅਰ ਅਗੇ ਪੰਜਵਾਂ ਡੈਸ਼ ਪ੍ਰੋਗਰਾਮਾਂ ਦਾ ਸਮੂਹ ਹੁੰਦੇ ਹਨ ਜੋ ਯੂਜ਼ਰ ਨੂੰ ਕੋਈ ਵਿਸ਼ੇਸ਼ ਕੰਮ ਕਰਨ ਦੇ ਯੋਗ ਬਣਾਉਂਦੇ ਹਨ ਇਹਨਾਂ ਸਜੂੜਾ ਸੌਫਟਵੇਅਰ ਅਗੇ ਛੇਮਾ ਇਹਨੂੰ ਅਨੋਨੀਮਮ ਬਿੱਦ ਵਿੱਡ ਦਾ ਲਿੰਕ ਆਪਸ਼ਨ ਸੈੱਟ ਕਰਨ ਤੋਂ ਬਾਅਦ ਅਸੀਂ ਗੂਗਲ ਡਾਕਸ ਵਿੱਚ ਬਣਾਈ ਗਈ ਫਾਈਲ ਨੂੰ ਸ਼ੇਅਰ ਕਰਨ ਲਈ ਡਰਾਪ ਡਾਊਨ ਮੀਨੂ ਦੀ ਵਰਤੋਂ ਕਰਕੇ ਇੱਥੇ ਦਿੱਤੇ ਕਿਹੜੇ ਆਪਸ਼ਨ ਲੇਬਲ ਨੂੰ ਸੈੱਟ ਕਰ ਸਕਦੇ ਹਾਂ ਇਹਦਾ ਅਨਸਰ ਜੋ ਉਪਰੋਕਤ ਸਾਰੇ ਮਤਲਬ ਬਿਊਰੋ ਮਤਲਬ ਦਰਸ਼ਕ ਦੀ ਵੀ ਕਮੈਂਟਰ ਮਤਲਬ ਟਿੱਪਣੀ ਕਰਨ ਵਾਲੀ ਦੀ ਵੀ ਐਡੀਟਰ ਮਤਲਬ ਐਡੀਟਰ ਦੀ ਵੀ ਉਪਰੋਕਤ ਸਾਰੇ ਸਹੀ ਹੈ ਸਸਾ ਅਗਰ 7ਵਾਂ ਡੈਸ਼ ਵੈੱਬਸਾਈਟਾਂ ਜਾਂ ਰੱਬ ਪੰਚਜਦ ਸੰਗ੍ਰਹਿ ਹੁੰਦਾ ਹੈ ਇਹਨਾਂ ਸਜੋ ਵਰਲਡ ਵਾਈਡ ਵੈਬ ਉਹ ਬਿਲਕੁਲ ਸਹੀ ਆ ਗਿਆਤਵਾ ਡੈਸ਼ ਉਹ ਟੈਕਸਟ ਟੈਕਸਟ ਹੁੰਦਾ ਹੈ ਜਿਸ ਵਿੱਚ ਦੂਜੇ ਵੈਬ ਪੇਜਾਂ ਦੇ ਲੂਕ ਮੌਜੂਦ ਹੁੰਦੇ ਹਨ ਇਹਨਾਂ ਸਜੋ ਹਾਈਪਰ ਟੈਕਸਟ ਆਗ ਨੋਮਾ ਐਚ ਟੀ ਐਮ ਐਲ ਪ੍ਰੋਗਰਾਮ ਦੀ ਆਉਟਪੁੱਟ ਦੇ ਵੇਖਣ ਲਈ ਸਾਨੂੰ ਉਸ ਡਾਕੂਮੈਂਟ ਨੂੰ ਡੈਸ਼ ਵਿੱਚ ਓਪਨ ਕਰਨਾ ਪੈਂਦਾ ਹੈ ਇਹਨਾਂ ਸਜੋ ਸੱਚਾ ਵੈਬ ਬ੍ਰਾਊਜ਼ਰ ਚ ਅਗਦਸਮਾ हेथर लिखें बचों के लिस्ट की वरतु एस टी एम डाकूमेंट ब डाकूमेंट विच नहीं की जाती एदो दाता लिस्ट है, मतलब सस्ता अगर गया क्वेश्चन नंबर दो हेथर लिखे टैक्स के पूरे नाम लिखो ओ आई ऑर्डर लिस्ट अगर जू एल अडर लिस्ट अगर डी एल डेफिने डेफिनेशन लिस्ट अगर आई एल आई अगर लिस्ट आइटम अगर डीटी डी टी आदुआ ਡੈਫੀਨੇਸ਼ਨ ਟਾਈਟਰ ਅਗੇ ਤੇ ਡੀਡੀ ਡੈਫੀਨੇਸ਼ਨ ਡਾਟਾ ਇਨਕੀ ਟੀਆਰ ਟੀਆਰ ਦਾ ਜੂਆ ਟੇਬਲ ਰੋ ਅਗੇ ਟੀਐਚ ਟੇਬਲ ਹੈਡਿੰਗ ਅਗੇ ਡੀਟੀਡੀ ਟੇਬਲ ਡਾਟਾ ਇਸ ਪਕਾ ਤੁਸੀਂ ਦੇਖ ਸਕਦੇ ਹੋ ਅਗੇ ਪਾੜ ਆ ਗਿਆ ਤਿੰਨ ਅੰਕਾਂ ਬਾਰੇ ਪ੍ਰਸ਼ਨ ਉਤਰੋ ਆਫਿਸ ਟੂ ਦੀ ਪਰਿਭਾਸ਼ਾ ਦਿਓ ਉਹ ਸੌਫਟਵੇਅਰ ਜੋ ਕੰਪਿਊਟਰ ਯੂਜ਼ਰ ਉਹਨਾਂ ਦੇ ਦਫ਼ਤਰ ਕੰਮਾਂ ਕਾਰਾਂ ਵਿੱਚ ਬਥੇ ਲਾਭ ਅਤੇ ਕੁਸ਼ਲ ਬਣਾਉਣ ਲਈ ਕਈ ਐਪਲੀਕੇਸ਼ਨ ਹਨ ਉਹਨਾਂ ਨੂੰ ਆਫਿਸ ਟੂਰ ਵਜੋਂ ਜਾਣਿਆ ਜਾਂਦਾ ਹੈ ਵਰਡ ਪ੍ਰੋਸੈਸਰ ਸਪਰੈਡ ਸ਼ੀਟ ਪ੍ਰੋਜੈਕਟੇਸ਼ਨ ਸੌਫਟਵੇਅਰ ਆਨ ਦੀ ਕੁਝ ਮਹੱਤਵਪੂਰਨ ਐਪਲੀਕੇਸ਼ਨ ਸੌਫਟਵੇਅਰ ਦੇ ਉਦਾਹਰਣ ਹਨ ਇਹ ਤੂਲ ਜਿਬਖਖ ਦਫਤਰੀ ਕੰਮਾਂ ਵਿੱਚ ਜੂਜੇ ਦਾ ਸਮਾਂ ਅਤੇ ਮਿਹਨਤ ਬਚਾਉਣ ਵਿੱਚ ਮਦਦ ਕਰਦੇ ਹਨ ਅਗੇ ਦੂਸਰ ਹੈਗਾ ਐਪਲੀਕੇਸ਼ਨ ਸੌਫਟਵੇਅਰ ਕੀ ਹੁੰਦੇ ਹਨ ਐਪਲੀਕੇਸ਼ਨ ਸੌਫਟਵੇਅਰ ਉਹ ਐਡ ਯੂਜ਼ਰ ਐਪਲੀਕੇਸ਼ਨ ਵਜੂ ਬਜੂ ਵੀ ਜਾਣਿਆ ਜਾਂਦਾ ਹੈ ਇਹ ਸੌਫਟਵੇਅਰ ਆਮ ਤੌਰ ਤੇ ਯੂਜ਼ਰਜ਼ ਲਈ ਖਾਸ ਕੰਮ ਕਰਨ ਲਈ ਤਿਆਰ ਕੀਤੇ ਜਾਂਦੇ ਹਨ ਇਹ ਸੌਫਟਵੇਅਰ ਆਮ ਤੌਰ ਤੇ ਹਾਈ ਲੈਵਲ ਪ੍ਰੋਗਰਾਮਿੰਗ ਭਾਸ਼ਾਵਾਂ ਵਿੱਚ ਲਿਖੇ ਜਾਂਦੇ ਹਨ ਐਪਲੀਕੇਸ਼ਨ ਸੌਫਟਵੇਅਰ ኦਪਰੇਟਿੰਗ ਸਿਸਟਮ ਦੀ ਮਦਦ ਬਿਨਾਂ ਨਹੀਂ ਚੱਲ ਸਕਦੇ MS Word Excel Excel PowerPoint ਆਂਦੀ ਐਪਲੀਕੇਸ਼ਨ ਸੌਫਟਵੇਅਰ ਦੇ ਉਦਾਹਰਣ ਹਨ ਅਗੇ Google Docs ਦਾ ਬੰਨਾ ਕਰੋ Google Docs ਇੱਕ ਮੁਫਤ ਆਨਲਾਈਨ ਵਰਡ ਪ੍ਰੋਸੈਸਰ ਹੈ ਇੱਕ ਡਾਕੂਮੈਂਟ ਇੱਕ ਡਾਕੂਮੈਂਟ ਬਣਾਉਣ ਲਈ ਐਡਿਟ ਕਰਨ ਲਈ ਬਲਤੇ ਜਨ ਬਾਰੀ ਵੈਬ ਆਧਾਰਿਤ ਡਾਕੂਮੈਂਟ ਪ੍ਰਬੰਧਨ ਐਪਲੀਕੇਸ਼ਨ ਹੈ ਇਸ ਵਰਡ ਪ੍ਰੋਸੈਸਰ ਰੀਅਲ ਟਾਈਮ ਐਪ ਆਨਲਾਈਨ ਵਰਡ ਪ੍ਰੋਸੈਸਿੰਗ ਵਿੱਚ ਸਾਡੀ ਮਦਦ ਕਰਦਾ ਹੈ Google Docs ਸਾਨੂੰ ਕਈ ਕਿਸਮਾਂ ਦੇ ਡਾਕੂਮੈਂਟ ਫਾਈਲ ਜਿਵੇਂ ਕਿ ਡਾਕਸ ਪੀਡੀਐਫ ਆਊਟਡਕਟ ਤੇ ਰੈਕਸ ਟੈਸਟ ਅਤੇ ਐਚਟੀਐਮਐਲ ਆਦਿ ਬਣਾਉਣ ਦੀ ਸਹੂਲਤ ਪ੍ਰਦਾਨ ਕਰਦਾ ਹੈ ਅੱਗੇ ਅੱਗੇ HTML ਕੀ ਹੈ HTML ਦਾ ਪੂਰਾ ਨਾਮ ਹਾਈਪਰ ਟੈਕਸਟ ਮਾਰਕਅਪ ਲੈਂਗੁਏਜ ਲੈਂਗੁਏਜ ਹੈ ਇਹ ਇੱਕ ਸਧਾਨ ਟੈਕਸਟ ਟੈਕਸਟ ਆਧਾਰਿਤ ਭਾਸ਼ਾ ਹੈ ਇਸ ਦੀ ਇਸ ਦੀ ਵਰਤੋਂ ਵੈਬ ਪੇਜ ਬਣਾਉਣ ਲਈ ਕੀਤੀ ਜਾਂਦੀ ਹੈ ਵੈਬ ਪੇਜਾਂ ਵਿੱਚ ਬਲਤੇ ਜਨਵਰੀ HTML ਕਮਾਂਡਾ ਨੂੰ ਟੈਗ ਕਿਹਾ ਜਾਂਦਾ ਹੈ HTML ਟੈਗ ਦੇ ਵਿੱਚ ਐਗੂ ਐਗੂਰ ਬ੍ਰੈਕਟਾਂ ਦੀ ਵਰਤੋਂ ਕੀਤੀ ਜਾਂਦੀ ਹੈ HTML ਵਿੱਚ ਦੋ ਤਰ੍ਹਾਂ ਦੇ ਟੈਗ ਹੁੰਦੇ ਹਨ ਪੀਲਡ ਜਾਂ ਕੰਟੇਨਰ ਟੈਗ ਅਨਪੀਲਡ ਜਾਂ ਐਪੀ ਟੈਗ ਅੱਗੇ ਅਗੇ ਚੌਥਾ ਐਚਟੀਐਮਐ ਵਿੱਚ ਫਾਰਮੈਟਿੰਗ ਲਈ ਵਰਤੇ ਜਾਣ ਵਾਲੀਆਂ ਕੋਈ ਵੀ ਪੰਜ ਟੈਗਸ ਦੇ ਨਾਮ ਲਿਖੋ ਐਸਚ ਐਚਟੀਐਮਐ ਵਿੱਚ ਫਾਰਮੈਟਿੰਗ ਲਈ ਵਰਤੇ ਜਾਣ ਵਾਲੀਆਂ ਮੁੱਖ ਟੈਗ ਹੈ ਇਹ ਦਿੱਤੀ ਹਨ ਜਿਵੇਂ ਹੈਗਾ ਐਲ ਆਈ ਟੈਗ ਟੰਬ ਬੋਲਡ ਕਰਨ ਲਈ ਅਗੇ ਆਈ ਟੈਗ ਹੈਗੇ ਟੈਗ ਇੰਟੈਲਿਕ ਕਰਨ ਲਈ ਜੂ ਟੈਗ ਹੈਗੇ ਟੈਗ ਅੰਡਰਲਾਈਨ ਕਰਨ ਲਈ ਅਗੇ ਐਸ ਟੈਗ ਹੈਗਾ ਟੈਗਸ ਸਾਈਕ ਕਠੋ ਕਠੜੋ ਕਰਨ ਲਈ ਅਗੇ ਐਸਯੂਪੀ ਹੈਗੀ ਆ ਟੈਗ ਸੁਪਰ ਕ੍ਰਿਸਟ cript ਕਰਨ ਲਈ ਕਿ ਭਾਜਵਾ ਹੈਗਾ ਡੈਵੀ ਡੈਵਿਨੇਸ਼ਨ ਲਿਸਟ ਕੀ ਹੁੰਦੀ ਹੈ ਡੈਵਿਨੇਸ਼ਨ ਲਿਸਟ ਡਿਸਕ੍ਰਿਪਸ਼ਨ ਲਿਸਟ ਵੀ ਕਿਹਾ ਜਾਂਦਾ ਹੈ ਇਹ ਆਈਟਮਾਂ ਦੀ ਉਹ ਲਿਸਟ ਹੁੰਦੀ ਹੈ ਜਿਸ ਦੇ ਵਿੱਚ ਹਰੇਕ ਆਈਟਮ ਸ਼ਬਦਾਂ ਦਾ ਵਰਣਨ ਜਾਂ ਪਰਿਭਾਸ਼ਾ ਦਿੱਤੀ ਗਈ ਹੁੰਦੀ ਹੈ ਇਸ ਲਿਸਟ ਵਿੱਚ ਆਈਟਮਾਂ ਦੀ ਡਿਸਕ੍ਰਿਪਸ਼ਨਰੀ ਵਾਂਗੂ ਸੂਚ ਸੂਚੀ ਵਾਂਗ ਕੀਤਾ ਗਿਆ ਹੈ एच टी एम डेफिनेशन लिस्ट बनाने ली एल टैग की वरतू की जाती है डेफिनेशन लिस्ट में हरेक लिस्ट आइटम दो एंट्रिया होंगे हैं डेफिनेशन टाइटल इस इसलिए डी टी तैग की वरतू की जाती है रिनेशन रिनेशन द रिपिस्टर इसलिए डी डी तैग की वरतू की जाती है अगर छेव ऑर ऑर्ब लिस्ट की होंगी है ਲਿਸਟ ਬਣਾਉਣ ਲਈ ਬਲਤੇ ਜਾਂਦੇ ਟੈਗ ਅਤੇ ਐਟਰੀਬਿਊਟ ਦੇ ਨਾਮ ਲਿਖੋ ਆਰਡਰਡ ਲਿਸਟ ਇਕ ਨੰਬਰਡ ਲਿਸਟ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਲਿਸਟ ਦੀ ਆਈਟਮਾਂ ਦੀ ਸੂਚੀ ਨੂੰ ਨੰਬਰਾਂ ਵਾਲੇ ਫਾਰਮੈਟ ਵਿੱਚ ਦਿਖਾਇਆ ਜਾਂਦਾ ਹੈ ਇਹਨਾਂ ਵਿੱਚ ਇਹਨਾਂ ਲਿਸਟਾਂ ਦੀ ਬਣਤ ਉਸੇ ਸਮੇਂ ਕੀਤੀ ਜਾਂਦੀ ਹੈ ਜਦੋਂ ਜਦੋਂ ਲਿਸਟ ਵਿੱਚ ਆਈਟਮ ਦਾ ਕ੍ਰਮਬਰ ਮਹੱਤਵਪੂਰਨ ਹੋਵੇ ਆਰਡਰਡ ਲਿਸਟ ਲਿਵ ਟੈਗ ਅਤੇ ਐਟਰੀਬਿਊਟ ਐਚਟੀਐਮਐਲ ਵਿੱਚ ਆਰਡਰਡ ਲਿਸਟ ਬਣਾਉਣ ਲਈ ਓਆਈ ਓ ਐਲ ਓ ਐਲ ਟੈਗ ਦੀ ਵਰਤੋਂ ਕੀਤੀ ਜਾਂਦੀ ਹੈ ਲਿਸਟ ਵਿੱਚ ਲਿਸਟ ਆਈਟਮ ਨੂੰ ਦਰਸਾਉਣ ਲਈ ਐਲ ਆਈ ਟੈਗ ਐਲ ਆਈ ਟੈਗ ਤਾਂ ਅਗਰ ਦੀ ਵਰਤੋਂ ਕੀਤੀ ਜਾਂਦੀ ਹੈ ਓ ਆਈ ਟੈਗ ਲਈ ਆਮ ਤੌਰ ਤੇ ਟਾਈਪ ਅਤੇ ਪੰਜ ਅਤੇ ਸਟਾਰਟ ਐਟਰੀਬਿਊਟ ਦੀ ਵਰਤੋਂ ਕੀਤੀ ਜਾਂਦੀ ਹੈ ਟਾਈਪ ਐਟਰੀਬਿਊਟ ਦੀ ਵਰਤੋਂ ਨਾਲ ਲਿਸਟ ਵਿੱਚ ਨੰਬਰਿੰਗ ਦੀ ਕਿਸਮ ਸੈੱਟ ਕੀਤੀ ਜਾਂਦੀ ਹੈ ਜਦੋਂ ਕਿ ਸਟਾਰਟ ਐਟਰੀਬਿਊਟ ਦੀ ਲਿਸਟ ਵਰਤੋਂ ਲਿਸਟ ਦੀ ਨੰਬਰਿੰਗ ਦੀ ਸ਼ੁਰੂਆਤ ਬਿੰਦੂ ਨੂੰ ਸੈੱਟ ਕਰਨ ਲਈ ਕੀਤੀ ਜਾਂਦੀ ਹੈ ਅੱਗੇ ਗਿਆ HTML HTML ਵਿੱਚ ਟੇਬਲ ਬਣਾਉਣ ਲਈ ਬਲਤੇ ਜਾਂਦੇ ਵੱਖ-ਵੱਖ ਵੱਖ-ਵੱਖ ਟੈਗਸ ਦੇ ਨਾਮ ਲਿਖੋ ਇੱਕ ਟੇਬਲ ਬਣਾਉਣ ਲਈ ਬਲਤੇ ਬਣਾਉਣ ਲਈ ਇਹ ਟੈਗ ਲਿਖੇ ਬਲਤੇ ਜਾਂਦੇ ਹਨ ਪਹਿਲੇ ਗਿਆ ਟੇਬਲ ਟੇਬਲ ਪਰਵਰਸ਼ ਟਿਕਾਣ ਲਈ ਅਗੇ TR ਟੇਬਲ ਰੋ ਪਰਵਰਸ਼ ਟਿਕਾਣ ਲਈ ਅਗੇ TD ਟੇਬਲ ਦਾਤਾ ਦੇਣ ਵਾਸਤੇ ਅਗੇ TH ਟੇਬਲ ਹੈਡਿੰਗ ਦੇਣ ਵਾਸਤੇ ਅਗੇ ਗਿਆ PG 6 ਅੰਕਾਂ ਵਾਲੇ ਪ੍ਰਸ਼ਨ ਉੱਤਰ ਪਹਿਲੇ ਹੈਗਾ ਸੌਫਟਵੇਅਰ ਕੀ ਹੁੰਦੇ ਹਨ ਵੱਖ-ਵੱਖ ਕਿਸਮਾਂ ਦੇ ਸੌਫਟਵੇਅਰ ਦਾ ਵਰਣਨ ਕਰੋ ਸਾਫਟਵੇਅਰ ਇੱਕ ਤਰ੍ਹਾਂ ਦਾ ਪ੍ਰੋਗਰਾਮ ਦਾ ਸਮੂਹ ਹੁੰਦਾ ਹੈ ਜੋ ਕਿ ਕੰਪਿਊਟਰ ਵਿੱਚ ਵੱਖ-ਵੱਖ ਤਰ੍ਹਾਂ ਦੇ ਕੰਮ ਕਰਨ ਲਈ ਵਰਤਿਆ ਜਾਂਦਾ ਹੈ। ਇਸ ਦੀ ਮਦਦ ਨਾਲ ਗਣਿਤਿਕ ਅਤੇ ਹੋਰ ਕਿਸਮ ਦੀਆਂ ਸਮੱਸਿਆਵਾਂ ਦਾ ਹੱਲ ਤੇਜ਼ੀ ਨਾਲ ਕੀਤਾ ਜਾਂਦਾ ਹੈ। ਹਰ ਕੰਮ ਨੂੰ ਕਰਨ ਲਈ ਉਸ ਨਾਲ ਸੰਬੰਧਿਤ ਸਾਫਟਵੇਅਰ ਹੁੰਦੇ ਹਨ। ਜਿਵੇਂ ਗਣਿਤਿਕ ਸਮੱਸਿਆਵਾਂ ਦੇ ਹੱਲ ਲਈ ਹੋਰ ਸਾਫਟਵੇਅਰ, ਵਪਾਰਕ ਜਾਂ ਅੰਕੜਾ ਭੰਡਾਰਨ ਲਈ ਹੋਰ ਸਾਫਟਵੇਅਰ ਹੁੰਦੇ ਹਨ। ਇਸੇ ਤਰ੍ਹਾਂ ਲੋੜ ਮੁਤਾਬਕ ਕਾਫੀ ਜ਼ਿਆਦਾ ਕਿਸਮਾਂ ਦੇ ਸੌਫਟਵੇਅਰ ਹੁੰਦੇ ਹਨ ਪਰੰਤੂ ਤਕਨੀਕੀ ਤੌਰ ਤੇ ਇਹਨਾਂ ਦੀ ਵੰਡ ਇਸ ਤਰ੍ਹਾਂ ਕੀਤੀ ਜਾਂਦੀ ਹੈ ਪਹਿਲੇ ਹੈ ਸਿਸਟਮ ਸੌਫਟਵੇਅਰ ਸਿਸਟਮ ਸੌਫਟਵੇਅਰ ઓਪਰੇਟਿੰਗ ਸਿਸਟਮ ਸੌਫਟਵੇਅਰ ਇਹ ਸੌਫਟਵੇਅਰ ਕੰਪਿਊਟਰ ਨੂੰ ਚਲਾਉਣ ਲਈ ਬਹੁਤ ਜ਼ਰੂਰੀ ਹੁੰਦੇ ਹਨ ਇਹਨਾਂ ਦੀ ਬਣਤਰ ਅਜੀਬ ਹੁੰਦੀ ਹੈ ਕਿ ਇਹ ਹਾਰਡਵੇਅਰ ਦੀ ਬਲਤੁਕਾਰਾਂ ਬਲੁ ਦਿੱਤੇ ਜਾ ਰਹੀ ਹਨ ਦਿੱਤੇ ਜਾਦੇ ਹਦਾਇਤਾ ਮੁਤਾਬਕ ਕਾਬੂ ਕਰਦੇ ਹਨ ਇਹਨਾਂ ਤੋਂ ਬਿਨਾਂ ਕੰਪਿਊਟਰ ਨਹੀਂ ਚੱਲ ਸਕਦੇ ਪ੍ਰਮੁੱਖੋ ਸਿਸਟਮ ਸੌਫਟਵੇਅਰ ਐਪਲੀਕੇਸ਼ਨ ਐਪਲੀਕੇਸ਼ਨ ਸਿਸਟਮ ਸਿਸਟਮ ਪਾਪ ਸੰਚਾਲਕ ਪੁਨਾਰੀ ਜੂਟੀਲਤੀ ਪ੍ਰੋਗਰਾਮ ਕੰਪਾਈਲਰ ਆਂਦੀ ਹੁੰਦੇ ਹਨ ઓਪਰੇਟਿੰਗ ਸਿਸਟਮ ਮਾਈਕਰੋਸਾਫਟ ਦਾ ਵਿੰਡੋਜ਼ ਮੈਕ ਲਿਨਕਸ ਜੂਨੀਅਰਸ ਐਡਰੋਇਡ ਅਤੇ ਆਈਓਐਸ ਇਸ ਦੀ ਕੁਝ ਉਦਾਹਰਣ ਹਨ ਅਗੇ ਜੂਲੀਤਲੀ ਪ੍ਰੋਗਰਾਮ ਐਂਟੀਵਾਇਰਸ ਫਾਈਲ ਪ੍ਰਬੰਧਨ ਡਿਸਕ ਸਾਮਸਬਾਹ ਸੰਬੰਧੀ ਸਾਫਟਵੇਅਰ ਇਹਦੇ ਕੁਝ ਉਦਾਹਰਣ ਹਨ ਕੰਪਾਈਲ ਡੀਗਵਲ ਅਤੇ ਅਸੈਂਬਲ ਐਪਲੀਕੇਸ਼ਨ ਸਾਫਟਵੇਅਰ ਇਹ ਸੌਫਟਵੇਅਰ ਕੰਪਿਊਟਰ ਲਈ ਜ਼ਰੂਰੀ ਨਹੀਂ ਹੁੰਦੇ ਕੰਪਿਊਟਰ ਇਹਨਾਂ ਤੋਂ ਬਗੈਰ ਵੀ ਚੱਲ ਸਕਦੇ ਹਨ ਪਰ ਇਹਨਾਂ ਦੀ ਵਰਤੋਂ ਵਰਤੋਂ ਕਰਨ ਦੀ ਲੋੜ ਉਤਪੰਨਿਰਭਰ ਕਰਦੀ ਹੈ ਇਹ ਸੌਫਟਵੇਅਰ ਕਿਸੇ ਵਰਤੋਂਕਾਰ ਦੇ ਕਿਸੇ ਖਾਸ ਲੋੜ ਨੂੰ ਪੂਰਾ ਕਰਨ ਲਈ ਕਰਨ ਲਈ ਹੁੰਦਾ ਹੈ ਉਦਾਹਰਨ ਦੇ ਤੌਰ ਤੇ ਜੇਕਰ ਕੋਈ ਵਰਤੋਂਕਾਰ ਚਿੱਤਰ ਕਰਨ ਦਾ ਸ਼ੌਕੀਨ ਹੋ ਹੈ ਤਾਂ ਉਹ ਫੋਟੋਸ਼ਾਪ ਲੈਕਸਟ੍ਰ ਕਰੋਰ ਦੋਪ ਗਿਪ ਆਂਦੀ ਸੌਫਟਵੇਅਰ ਬਸਤੇਗਾ ਅਤੇ ਜੇਕਰ ਕੋਈ ਪ੍ਰੋਗਰਾਮਿੰਗ ਬਗੈਰਾ ਦਾ ਸਕਰੀਨ ਸੌਕੀਨ ਹੈ ਤਾਂ ਦ੍ਰਿਮੇ ਵੀਵਰ ਇੱਕ ਇੱਕ ਲਿਪਜ ਤਰਬੋਸੀ ਆਂਦੀ ਸੌਫਟਵੇਅਰ ਦੀ ਬਸਤੋ ਕਰੇਗਾ ਅਗੇ ਵਰਡ ਪ੍ਰੋਸੈਸਰ ਵਰਡ ਪ੍ਰੋਸੈਸਰ ਸੌਫਟਵੇਅਰ ਮਾਈਕਰੋਸਾਫਟ ਮਾਈਕਰੋਸਾਫਟ ਵਰਡ ਲੀਵਰ ਆਫਿਸ ਐਂਡੋਜ ਪੇਜ ਮੇਕਰ ਐਪਰ ਪੇਜੀਸ ਕੰਗਸਾਫਟ ਆਫਿਸਰ ਕੁਇਕ ਆਫਿਸ ਆਂਦੀ ਡਾਟਾਵੇਸ ਸੌਫਟਵੇਅਰ ਡਾਟਾਵੇਸ ਸੌਫਟਵੇਅਰ 오ਰਾਕਲ ਆਰ ਡੀ ਬੀ ਐਮ ਐਸ ਆਈ ਬੀ ਐਮ ਡੀ ਬੀ 2 ਮਾਈਕਰੋਸਾਫਟ ਮਾਈਕਰੋਸਾਫਟ ਐਮ ਕਯੂ ਐਲ ਸਰਵਰ ਟਰੈਡ ਟੈਲ ਡਾਟਾ ਮਾਈ ਮਾਈ ਐਸ ਕਯੂ ਐਲ ਮਾਈਕਰੋਸਾਫਟ ਐਕਸੈਸ ਆਂਦੀ ਅਗੇ ਕਿਸ ਸਪੈਲ ਰਿਸਿਟ ਸੌਫਟਵੇਅਰ ਐਸ ਸੌਫਟਵੇਅਰ ਆਫ ਮਾਈਕਰੋਸਾਫਟ ਅੰਕ ਅਕਸਰ ਅਕਸਲ ਵਰਗੇ ਹੁੰਦੇ ਹਨ ਐਕਸਲ ਅਗੇ ਡੈਸਕਟਾਪ ਪਬਲਿਸ਼ਿੰਗ ਸੌਫਟਵੇਅਰ ਮਾਈਕਰੋਸਾਫਟ ਮਾਈਕਰੋਸਾਫਟ ਪਬਲਿਸ਼ਰ ਅੰਡੋਨ ਇਨ ਡਿਜ਼ਾਈਨਿੰਗ ਕਰੋੜ ਦਾ ਕਰੋੜ ਬੇਚੂਰਾ ਆndi ਇਹ ਜ অপਸ਼ਨ ਦੇ ਵਿੱਚ ਪ੍ਰਸ਼ਨ ਹੈਗਾ ਆਨਲਾਈਨ ਆਫਲਾਈਨ ਅਤੇ ਆਨਲਾਈਨ ਆਫਿਸ ਟੂਲ ਦੀ ਤੁਲਨਾ ਕਰੋ ਪਹਿਲਾ ਆ ਗਿਆ ਔਨ ਆਫਲਾਈਨ ਕਰਨਾ ਹੈ ਪਤਾ ਨੂੰ ਇਹਨੇ ਤੂਲ ਦੀ ਬਲ ਤੋਂ ਕਰ ਲਈ ਇੰਟਰਨੈਟ ਕਨੈਕਸ਼ਨ ਦੀ ਲੋੜ ਨਹੀਂ ਪੈਂਦੀ ਪਰ ਆਨਲਾਈਨ ਦੇ ਵਿੱਚ ਇੰਟਰਨੈਟ ਕਨੈਕਸ਼ਨ ਦੀ ਲੋੜ ਪੈਂਦੀ ਹੈ ਅਗਲਾ ਦੂਸਰਾ ਪੁਆਇੰਟ ਆਫਲਾਈਨ ਆਫਿਸ ਟੂਰ ਵਿੱਚ ਬਣਾਈ ਗਈਆਂ ਫਾਈਲਾਂ ਕੰਪਿਊਟਰ ਸਿਸਟਮ ਤੇ ਲੋਕਲ ਸਟੋਰੀ ਵਿੱਚ ਸਟੋਰ ਹੁੰਦੀ ਹਨ ਜੋ ਆਨਲਾਈਨ ਹੁੰਦਾ ਹੈ ਆਨਲਾਈਨ ਆਫਿਸ ਟੂਰ ਵਿੱਚ ਬਣਾਈ ਗਈਆਂ ਫਾਈਲਾਂ ਕਲਾਊਡ ਸਟੋਰੀ ਦੇ ਉੱਪਰ ਉੱਪਰ ਆਨਲਾਈਨ ਸਟੋਰ ਹੁੰਦੀ ਹਨ ਔਨ ਆਫਲਾਈਨ ਦਾ ਇਹ ਸਪੁਆਇੰਟ ਆਏਗਾ ਫਾਈਲੈਂਡ ਫਾਈਲਾਂ ਨੂੰ ਸਿਰਫ ਸਥਾਨਕ ਕੰਪਿਊਟਰ ਸਿਸਟਮ ਤੇ ਐਕਸੈਸ ਕੀਤਾ ਜਾ ਸਕਦਾ ਹੈ ਜਿੱਥੇ ਉਹ ਸਟੋਰ ਕੀਤੇ ਜਾਂਦੇ ਹਨ ਪਰ ਜੋ ਦੂਜੀ ਆਨਲਾਈਨ ਫਾਈਲਾਂ ਹੁੰਦੀਆਂ ਨੇ ਆਨਲਾਈਨ ਫਾਈਲਾਂ ਨੂੰ ਦੁਨੀਆ ਵਿੱਚ ਕਿਤੇ ਵੀ ਐਕਸੈਸ ਕੀਤਾ ਜਾ ਸਕਦਾ ਹੈ ਕਿਉਂਕਿ ਫਾਈਲਾਂ ਆਨਲਾਈਨ ਸਟੋਰੇਜ ਮੀਡੀਆ ਵਿੱਚ ਸਟੋਰ ਕੀਤੀ ਜਾਂਦੀ ਹਨ ਅਗੇ ਆਫਲਾਈਨ ਦਾ ਚੌਥਾ ਪੁਆਇੰਟ ਹੈਗਾ ਫਾਈਲਾਂ ਨੂੰ ਆਸਾਨੀ ਨਾਲ ਸ਼ੇਅਰ ਨਹੀਂ ਕੀਤਾ ਜਾ ਸਕਦਾ ਜੇ ਦੇਖੀ ਆਨਲਾਈਨ ਫਾਈਲਾਂ ਨੂੰ ਆਸਾਨੀ ਨਾਲ ਸ਼ੇਅਰ ਕੀਤਾ ਜਾ ਸਕਦਾ ਹੈ ਅਗੇ ਆਫਲਾਈਨ ਦਾ ਪੰਜਵਾਂ ਪੁਆਇੰਟ ਹੈਗਾ ਇਨ ਇਨ ਐਪਸ ਵਿੱਚ ਬਣਾਈ ਗਈਆਂ ਫਾਈਲਾਂ ਨੂੰ ਇੱਕ ਯੂਜ਼ਰ ਇੱਕੋ ਸਮੇਂ ਆਸਾਨੀ ਨਾਲ ਕੰਮ ਨਹੀਂ ਕਰ ਸਕਦਾ ਜੋ ਆਨਲਾਈਨ ਹੁੰਦਾ ਇਨ ਐਪਸ ਵਿੱਚ ਬਣਾਈ ਗਏ ਗਏ ਫਾਈਲਾਂ ਤੇ ਕਈ ਯੂਜ਼ਰ ਇੱਕੋ ਸਮੇਂ ਆਸਾਨੀ ਨਾਲ ਕੰਮ ਕਰ ਸਕਦੇ ਹਨ ਅਗੇ ਅਗੇ ਇਹਦੇ ਉਦਾਹਰਣ ਆਫਲਾਈਨ ਦੇ ਉਦਾਹਰਣ ਹੈਗੇ MS Word Excel ਤੇ PowerPoint ਤੇ ਆਨਲਾਈਨ ਦੀ ਉਦਾਹਰਣ ਹੈਗੇ Google Docs Google Sheets ਤੇ Google Slides ਆਂਦੀ ਮਤਲਬ ਇਹ ਆ ਸੋਖਾ ਆਫਲਾਈਨ ਅਤੇ ਆਨਲਾਈਨ ਇਸਕਾ ਕਿ ਤੁਸੀਂ ਆ ਜਿਆਦਾ ਕਰ ਲੈਣ ਕਿਉਂਕਿ ਉਤਨਾ ਬਹੁਤ ਜਿਆਦਾ ਔਖਾ ਕੁਐਸਚਨ ਹੈ ਅਗਗੇ ਅਗੇ ਦੂਸਰਾ ਟੇਬਲ ਤੇ ਟੇਬਲ ਚ ਕੀ ਹੁੰਦੇ ਹਨ HTML ਡਾਕੂਮੈਂਟ ਵਿੱਚ ਟੇਬਲ ਬਣਾਉਣ ਲਈ ਵਰਤੇ ਜਾਣ ਵਾਲੇ ਮੂਰੇ ਟੈਗਸ ਦਾ ਵਰਣਨ ਕਰੋ ਟੇਬਲ ਸੂਚਨਾ ਨੂੰ ਦਾ ਸੰਗਠਿਤ ਰੂਪ ਵਿੱਚ ਪੇਸ਼ ਕਰਦਾ ਹੈ ਟੇਬਲ ਕਾਰਮਜ ਅਤੇ ਰੂਮਜ ਤੋਂ ਮਿਲ ਕੇ ਬਣਦਾ ਹੈ ਇਸ ਸੂਚਨਾ ਨੂੰ ਵੜਨਯੋਗ ਅਤੇ ਸਮਝਜੋਗ ਰੂਪ ਵਿੱਚ ਪੇਸ਼ ਕਰਦਾ ਹੈ ਟੇਬਲ ਲੰਬੀਆਂ ਲੰਬੀਆਂ ਸੂਚਨਾ ਨੂੰ ਵਿਖਾਉਣ ਦਾ ਇੱਕ ਵਧੀਆ ਤਰੀਕਾ ਹੈ ਇਹ ਡਾਟਾ ਨੂੰ ਵਿਵਸਥਿਤ ਕਰਨ ਲਈ ਇੱਕ ਉਚਿਤ ਤੰਗ ਹੈ ਟੇਬਲ ਵਿੱਚ ਸੂਚਨਾਵਾਂ ਪੜ੍ਹਨੀ ਬਹੁਤ ਆਸਾਨ ਹੁੰਦੀਆਂ ਹਨ ਸਾਰੇ ਪ੍ਰਸਿੱਧ ਵਰਚੁਅਲ ਟੇਬਲ ਦੀ ਮਦਦ ਕਰਦੇ ਹਨ ਅਸੀਂ ਜਾਣਦੇ ਹਾਂ ਕਿ ਟੇਬਲ ਵਿੱਚ ਰੋ ਅਤੇ ਕਾਲਮ ਹੁੰਦੀਆਂ ਹਨ ਰੋ ਅਤੇ ਕਾਲਮ ਦੇ ਕਾਰ ਖੇਤਰ ਵਿੱਚ ਸੈੱਲ ਸੈੱਲ ਕਿਹਾ ਜਾਂਦਾ ਹੈ ਅ ਸੈੱਲਾਂ ਵਿੱਚ ਅਸੀਂ ਡਾਟਾ ਡਾਟਾ ਹੁੰਦਾ ਹੈ ਐਸਟੀਐਮ ਐ ਵਿੱਚ ਟੇਬਲ ਬਣਾਉਣ ਲਈ ਬਣਾਉਣ ਲਈ ਹੇਠਾਂ ਲਿਖੇ ਚਾਰ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਇਹ ਤੁਸੀਂ ਦੇਖ ਲਓ ਕਿਵੇਂ ਲਿਖਣਾ ਆ ਤੁਸੀਂ ਲਿਖ ਸਕਦੇ ਹੋ ਅਗੇਰੇ ਆਪਸ਼ਨ ਦੇ ਵਿੱਚ ਪ੍ਰਸ਼ਨ ਹੈਗਾ ਔਰਡਰਡ ਲਿਸਟ ਅਤੇ ਅਨਡ ਆਨ ਆਰਡਰਡ ਲਿਸਟ ਵਿੱਚ ਅੰਤ ਲਿਖੋ ਆਰਡਰਡ ਲਿਸਟ ਆਰਡਰ ਲਿਸਟ ਓ ਆਈ ਮਤਲਬ ਓ ਓ ਐਲ ਅਤੇ ਓ ਐਲ ਟੈਗਸ ਦੀ ਵਰਤੋਂ ਵਰਤੋਂ ਕੀਤੀ ਜਾਂਦੀ ਹੈ ਡਿਫਾਲਟ ਟਾਈਪ ਐਟਰੀਬਿਊਟ ਦਾ ਮੂਲ ਹੈ ਇਹ ਤੁਸੀਂ ਦੇਖ ਲਓ ਮਤਲਬ ਇਸ 6. ਪਹਿਲੇ ਇਹਦੇ ਨੇ ਮਤਲਬ ਆਰਡਰਡ ਲਿਸਟ 3 ਫਿਰ ਇਹ ਤੋਂ ਅੱਗੇ 6. ਇਹਦੇ ਨੇ ਅਨ ਆਰਡਰਡ ਲਿਸਟ ਹੈ ਮਤਲਬ ਇੱਕ ਪਹਿਲੇ ਇੱਕ ਪਹਿਲੇ ਪੁਆਇੰਟ ਇਹਦਾ ਲਿਖਣਾ ਤੇ ਫਿਰ ਦੂਸਰਾ ਪੁਆਇੰਟ ਦੂਸਰੀ ਸਾਈਡ ਪਹਿਲਾਂ ਇੱਧੇ ਲਿਖਣਾ ਫਿਰ ਮਤਲਬ ਇਸ ਪ੍ਰਕਾਰ ਤੁਸੀਂ ਇੱਕ ਚਾਰਟ ਬਣਾ ਕੇ ਇਹਨਾਂ ਨੂੰ ਪੇਸ਼ ਕਰ ਸਕਦੇ ਹੋ ਤੇ ਇਹ ਪੇਪਰ ਇੱਥੇ ਸਮਾਪਤ ਹੁੰਦਾ ਹੈ ਜੇਕਰ ਤੁਹਾਨੂੰ ਵੀਡੀਓ ਬਰੀ ਲੱਗੀ ਹੋਵੇ ਤਾਂ ਆਪੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰਕੇ ਜਰੂਰ ਜਾਨਾ ਤੇ ਆਪਾਂ ਫਿਰ ਮਿਲਾਂਗੇ ਅਗਲੀ ਵੀਡੀਓ ਚ ਓਕੇ ਦੋਸਤੋ